ਗੁਰੂ ਗ੍ਰੰਥ ਸਾਹਿਬ ਦਾ 10 10 ਗੁਰੂ ਆਉਂਦੇ ਨੇ ਅਸੀਂ ਕਿੰਨਾ ਇੱਕ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡਾ ਗ੍ਰੰਥ ਹੈ ਫਿਰ ਉਸ ਨੂੰ ਔਰਤ ਕਿਉਂ ਨਹੀਂ ਵਿਚਾਰੀ ਪੜ ਸਕਦੀ ਜਿਹਨੇ ਸੋਕ ਮੰਦਾ ਆਖੀ ਜਿੱਤ ਜਮਾ ਰਾਜ ਬਿਆਨ ਬਾਜੀਆਂ ਤਾਂ ਬਹੁਤ ਹੋਈਆਂ ਚਰਚਾਵਾਂ ਹੀ ਚੱਲੀਆਂ ਗਈਆਂ ਤੁਹਾਨੂੰ ਲੱਗਦਾ ਤੁਹਾਡੇ ਸਕੀਤ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਚਰਚਾ ਖੜੀ ਹੋਏ ਇਹ ਐਸਜੀਪੀਸੀ ਵਾਲੇ ਕਹਿੰਦੇ ਨੇ ਕਿ ਔਰਤਾ ਕਾਬਿਲ ਨਹੀਂ ਹੈ ਕਿਉਂਕਿ ਉਹਨਾਂ ਦੇ ਜਿਹੜੇ ਰਾਗ ਨੇ ਜਾਂ ਜਿਹੜੇ ਨੇ ਉਹ ਮੈਂ ਵਾਦਾ ਕਰਦੀ ਆ ਫਿਰ ਮੈਂ ਦੇਉਂਗੀ ਇਹਨਾਂ ਨੂੰ ਕੀਰਤਨ ਕਰਨ ਲਈ ਜਿੰਨੇ ਹੁਣ ਸਤਕਾਰਯੋਗ ਰਾਗੀ ਸਹਿਬਾਨ ਦਰਬਾਰ ਸਾਹਿਬ 'ਚ ਕੀਰਤਨ ਕਰ ਰਹੇ ਨੇ ਉਹ ਮੈਂ ਪੈਦਾ ਕਰੂੰਗੀ ਜੀ ਮੇਰਾ ਵਾਦਾ ਹੈ ਮੈਂ ਦੇਉਂਗੀ ਔਰਤਾਂ ਉਹਨਾਂ ਨੂੰ ਇਹ ਬਾਨਾ ਤਾਂ ਨਹੀਂ ਚੱਲਣਾ ਹੋਣਾ ਹੈ ਨਾ ਤੇ ਕਿਰਾ ਬੀਬੀ ਜ਼ਗੀਰਕੌਰ ਹੋਰਾਂ ਦੀ ਮੈਂ ਮੀਡੀਆ ਰਿਪੋਰਟ ਪੜ੍ਹ ਰਿਆ ਸੀ ਉਹਦੇ ਚ ਉਹਨਾਂ ਦੀ ਸਟੇਟਮੈਂਟ ਲੱਗੀ ਹੋਈ ਸੀ ਕਹਿੰਦੇ ਕਿ ਅਸੀਂ ਇਸ ਚੀਜ਼ ਨੂੰ ਲੈ ਕੇ ਐਡਵਰਟਾਈਜ਼ ਵੀ ਕਰਿਆ ਪਰ ਕੋਈ ਕਦੇ ਆਇਆ ਹੀ ਨਹੀਂ ਹੈਗਾ ਕਿਉਂਕਿ ਦੇਖੋ ਇਹ ਤਾਂ ਜ਼ਹਰ ਦੀ ਗੱਲ ਹੈ ਕਿ ਉੱਥੇ ਚਾਹੀਦਾ ਤਾਂ ਕਾਬਲੀਅਤ ਕਰੇ ਚ ਕੋਈ ਦੌਰ ਆਈ ਸਭ ਨੂੰ ਲਿਖਤੀ ਪੇਜਤਾ ਐਸਜੀਪੀਸੀ ਦੇ ਪ੍ਰਧਾਨ ਨੂੰ ਵੀ ਭੇਜਤਾ ਸਨਮਾਨਯੋਗ ਸਾਡੇ ਮੇਰੇ ਵੀਰ ਭਗਵੰਤ ਮਾਨ ਜੀ ਨੂੰ ਵੀ ਮੈਂ ਭੇਜਿਆ ਉਹਨਾਂ ਦਾ ਤਾਂ ਮੈਨੂੰ ਪੂਰਨ ਆਸ ਹੈ ਵੀ ਸਾ ਸਾਨੂੰ ਧਰਮ ਵੀ ਪੜਾਇਆ ਗਿਆ ਕਿਤੇ ਵੀ ਨਹੀਂ ਗੁਰੂਗ੍ਰੰਥ ਸਾਹਿਬ ਦੇ ਵਿੱਚ ਦਰਜ ਵੀ ਔਰਤ ਉੱਥੇ ਕੀਰਤਨ ਨਹੀਂ ਕਰ ਸਕਦੀ ਜਿਹੜੇ ਵੀ ਤੁਸੀਂ ਆਥੈਂਟਿਕ ਰੀਜਨਸ ਕਹਿੰਦੇ ਹੋ ਆਈ ਕੈਨ ਅੰਡਰਸਟੈਂਡ ਥੈਟ ਔਰਤ ਦੀਆਂ ਫਿਜ਼ੀਕਲ ਪ੍ਰੋਬਲਮਸ ਕਰਕੇ ਕਿਤੇ ਵੀ ਨਹੀਂ ਲਿਖਿਆ ਉਹ ਤਾਂ ਔਰਤ ਨੂੰ ਵੀ ਪਤਾ ਮੈਂ ਕਦੋਂ ਜਾ ਕਰਨੀ ਹੈ ਕਦੋਂ ਮੈਂ ਪਾਠ ਕਰਨਾ ਹੈ ਕਦੋਂ ਮੈਂ ਕਰਨਾ ਔਰਤ ਐਨੀ ਕਮਲੀ ਥੋੜਾ ਜਿਹੜੀ ਚੰਦਰਮਾ ਤੇ ਪਹੁੰਚ ਗਈ ਔਰਤ ਕੁਰਬਾਨੀ ਤੇ ਅਸਰ ਕਰਨਾ ਤਾਂ ਪੂਰਾ ਹੀ ਕਰੋ 100% ਫਿਰ ਇਹ ਕਿਉਂ ਜਾਤਾਂ ਪਾਤਾਂ ਫਿਰ ਇਹ ਕਿਉਂ ਉੱਚੀ ਨੀਚ ਰਿਕੁਐਸਟ ਕਰਦਿਆਂ ਨੂੰ 20 ਸਾਲ ਤਾਂ ਹੋ ਗਏ ਰਿਕੁਐਸਟ ਜੇ ਆਦਮੀ ਆਪਣੇ ਹੱਕ ਲੈਂਦੇ ਨੇ ਤੇ ਔਰਤਾਂ ਨੂੰ ਵੀ ਹੱਕ ਲੈਣ ਦਾ ਪੂਰਾ ਅਧਿਕਾਰ ਹੈ ਤੇ ਹੱਕ ਨਾਲ ਹੀ ਹੱਕ ਮੰਗਣਾ ਚਾਹੀਦਾ ਥੋੜਾ ਗਾਣਾ ਆਊਟ ਹੋਣਾ ਵੈਸੇ ਤਾਂ ਮੈਂ ਮੈਕਸਿਮਮ ਜਦ ਤੁਹਾਨੂੰ ਹੁਣ ਸੁਣੀ ਲੈਣਾ ਸਾਰਿਆਂ ਨੇ ਇਸ ਚੀਜ਼ ਤੇ ਲੱਗਦਾ ਵੀ ਧਾਰਮਿਕ ਤੌਰ ਤੇ ਵਿਚਾਰ ਰੱਖਣ ਵਾਲੇ ਲੋਕ ਨੇ ਜਾਂ ਸਿੱਖ ਬੁੱਧੀਜੀਵੀ ਨੇ ਜਿਹੜੇ ਉਹ ਇਹਦੇ ਤੇ तमाम तरह ਦੀਆਂ ਟਿੱਪਣੀਆਂ ਕਰਨਗੇ ਸੋ ਬਹੁਤ ਹੀ ਵਧੀਆ ਲੱਗਿਆ ਮੈਨੂੰ ਗੀਤ ਮੇਰੇ ਦਿਲ ਦਾ ਨਹੀਂ ਬਹੁਤ ਔਰਤਾਂ ਦੇ ਦਿਲ ਦਾ ਦਰਦ ਹੈ ਤੇ ਪਤਾ ਨਹੀਂ ਚੰਗਾ ਲੱਗੂ ਤਾਂ ਠੀਕ ਨਹੀਂ ਹੈ ਤਾਂ ਗੱਲ ਅਸਲੀਅਤ ਹੈ 100% ਸੱਚ ਹੈ ਪੰਜਾਬ ਦੇ ਵਿੱਚ ਜਦੋਂ ਗਾਇਕੀ ਨੂੰ ਲੈ ਕੇ ਗੱਲ ਕਰਦੇ ਆ ਤਾਂ ਬਹੁਤ ਸਾਰੇ ਮਸਲੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਗਾਇਕਾਂ ਦੇ ਵੱਲੋਂ ਜਦੋਂ ਚੱਕੇ ਜਾਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਤੇ ਤਮਾਮ ਚਰਚਾਵਾ ਵੀ ਹੁੰਦੀਆਂ ਨੇ ਪਰ ਜ਼ਿਆਦਾਤਰ ਦੇਖਿਆ ਜਾਵੇ ਚਾਹੇ ਲਿਖਿਆ ਲਿਖਾਰੀ ਆ ਚਾਹੇ ਉਸ ਤੋਂ ਬਾਅਦ ਚ ਉਹਨੂੰ ਗਾਉਣ ਵਾਲਾ ਆ ਜ਼ਿਆਦਾਤਰ ਜੇ ਇੱਕ ਪਾਸੇ ਕੀਏ ਤਾਂ ਸਿਰਫ ਐਂਟਰਟੇਨਮੈਂਟ ਤੋਂ ਪਰੇ ਹਟ ਕੇ ਜਦੋਂ ਗੱਲ ਕਰਦੇ ਆ ਯਾਨੀ ਕਿ ਸਿਰਫ ਐਂਟਰਟੇਨਮੈਂਟ ਦੀ ਨਹੀਂ ਤਾਂ ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਵੀ ਕਿ ਪੰਜਾਬ ਦੇ ਮੁੱਦੇ ਚੱਕਣ ਵਾਲੇ ਵੀ ਬਥੇਰੇ ਇਸ ਤਰ੍ਹਾਂ ਦੇ ਗਾਇਕ ਨੇ ਜਿਨ੍ਹਾਂ ਨੇ ਸਮੇਂਦਰ ਸਮੇਂ ਉਹਨਾਂ ਚੀਜ਼ਾਂ ਨੂੰ ਬਾਹਰ ਆਇਆ ਸੁਖੀ ਬਰਾੜ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਅੱਜ ਕਿਉਂਕਿ ਇਹਨਾਂ ਦਾ ਜਿਹੜਾ ਨਵਾਂ ਗਾਣਾ ਆ ਰਿਹਾ ਉਹਦੇ ਵਿੱਚ ਕਈ ਮੁੱਦੇ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਤੇ ਜੇ ਕਿਹਾ ਜਾਵੇ ਪਤਾ ਸਾਰਿਆਂ ਨੂੰ ਹੈ ਚਰਚਾ ਸ਼ਾਇਦ ਕਿਸੇ ਲੰਬੇ ਦੌਰ ਤੋਂ ਨਹੀਂ ਹੋਈ ਸਤਿ ਸ਼੍ਰੀ ਅਕਾਲ ਸੁਖੀ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਸਪੋਕਸ ਪਰਸਨ ਜਿਹੜੇ ਜਿੰਨੇ ਵੀ ਚੈਨਲ ਦੇਖਦੇ ਨੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਸਲਾਮ ਅਲੈਕਮ ਜ਼ਿਆਦਾਤਰ ਦੇਖਦੇ ਆ ਵੀ ਗਾਇਕ ਜਾਂ ਲਿਖਣ ਵਾਲੇ ਜਾਂ ਲਿਖਣ ਤੋਂ ਬਾਅਦ ਫਿਰ ਗਾਉਣ ਵਾਲੇ ਜ਼ਿਆਦਾਤਰ ਉਹਨਾਂ ਚੀਜ਼ਾਂ ਨੂੰ ਲੈ ਕੇ ਚਰਚਾ ਕਰਦੇ ਨੇ ਜਿਹੜੀਆਂ ਹੁੰਦੀਆਂ ਤਾਂ ਸਮਾਜ ਦੀ ਆਸ-ਪਾਸੇ ਦੀਆਂ ਨੇ ਕਨਸੈਪਟ ਦਾ ਫਰਕ ਪੈ ਜਾਂਦਾ ਕਈ ਲੋਕ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲਿਖਦੇ ਤੇ ਗਾਉਂਦੇ ਨੇ ਤੇ ਕਈ ਸਿਰਫ ਐਂਟਰਟੇਨਮੈਂਟ ਵਾਸਤੇ ਅ ਜਿਹੜਾ ਸੁਖਜੀ ਤੁਸੀਂ ਜੇ ਕਹੀਏ ਕਿ ਮਾਂ ਬੋਲ ਦਾ ਨਵਾਂ ਗਾਣਾ ਤੁਹਾਡਾ ਆ ਰਿਹਾ ਹੈ ਉਹਦੇ ਚ ਜੇ ਕਿਹਾ ਜਾਵੇ ਇੱਕ ਔਰਤ ਦੀ ਕਹਾਣੀ ਹਾਲਾਂਕਿ ਪਹਿਲਾਂ ਵੀ ਬਥੇਰੀ ਵਾਰੀ ਲਿਖੀ ਵੀ ਗਈ ਤੇ ਗਾਈ ਵੀ ਗਈ ਪਰ ਲੱਗਦਾ ਵੀ ਔਰਤ ਨੂੰ ਸ਼ਾਇਦ ਉਹ ਸਤਕਾਰ ਨਾ ਤਾਂ ਉਹ ਪਹਿਲਾਂ ਕਦੇ ਮਿਲਿਆ ਤੇ ਅੱਗੇ ਆਉਣ ਵਾਲੇ ਸਮੇਂ ਚ ਵੀ ਕੋਈ ਹਜੇ ਪਤਾ ਨਹੀਂ ਕਦੋਂ ਤੱਕ ਮਿਲਣਾ ਅ ਹਾਂਜੀ ਮੈਂ ਬਹੁਤ ਵਧੀਆ ਤੁਸੀਂ ਅੱਜ ਦਾ ਜਿਹੜਾ ਮਸਲਾ ਲਿਆ ਬਹੁਤ ਹੀ ਅੱਛਾ ਲੱਗਿਆ ਮੈਨੂੰ ਕਿਉਂਕਿ ਮੈਂ ਤਾਂ ਜਦੋਂ ਵੀ ਗਾਇਆ ਮੈਂ ਸ਼ੁਰੂਆਤ 92 ਚ ਕੀਤੀ ਸੀ ਤਾਂ ਮੇਰਾ ਗੀਤ ਪ੍ਰਵਾਨ ਚੜਿਆ ਸੀ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਹੈ ਕਿਉਂਕਿ ਉਦੋਂ ਵੀ ਮੈਂ ਇੱਕ ਇਹੋ ਜਿਹਾ ਗੀਤ ਕੀਤਾ ਸੀ ਜਿਹਦੇ ਨਾਲ এডਿਕੇਸ਼ਨ ਮਿਲੇ ਜਿਹਦੇ ਨਾਲ ਕੋਈ ਮੈਸੇਜ ਜਾਵੇ ਸਮਾਜ ਨੂੰ ਔਰ ਬਹੁਤ ਕਲਾਕਾਰਾਂ ਨੇ ਹੁਣ ਤੱਕ ਇਹ ਨਹੀਂ ਵੀ ਮੈਂ ਹੀ ਗੀਤ ਗਾ ਰਹੀ ਆ ਮਾਂ ਬੋਲਦੀ ਮੈਂ ਇਥੋਂ ਪਹਿਲਾਂ ਵੀ ਬਹੁਤ ਕਲਾਕਾਰਾਂ ਨੇ ਮਾਂ ਦੇ ਮਾਂ ਦੇ ਪਿਆਰ ਚ ਮਾਂ ਦੇ ਸਤਿਕਾਰ ਚ ਗੀਤ ਗਾਇਆ ਪਰ ਮਾਂ ਦੇ ਮਸਲੇ ਚ ਗੀਤ ਕਿਸੇ ਨੇ ਨਹੀਂ ਗਾਇਆ ਵੀ ਤਕਲੀਫਾਂ ਕੀ ਨੇ ਮਾਂ ਪਿਆਰੀ ਹੈ ਸਭ ਨੂੰ ਪਿਆਰੀ ਹੈ ਮਾਂ ਵੀ ਪਿਆਰੀ ਹੈ ਬਾਪ ਵੀ ਉਨਾ ਹੀ ਪਿਆਰਾ ਮੈਨੂੰ ਤਾਂ ਠੀਕ ਹੈ ਜੀ ਮਾਂ ਤੋਂ ਪੀਵੀ ਪਿਆਰਾ ਬਾਪ ਹੈ ਸੋ ਬਹੁਤ ਵਧੀਆ ਮੈਂ ਕੁਦਰਤੀ ਮੈਂ ਬਾਹਰ ਜਾਣਾ ਸੀ ਤੇ ਮੈਨੂੰ ਇੱਕ ਥਾਟ ਆਇਆ ਮੈਂ ਜਦੋਂ ਨੈਟ ਤੇ ਦੇਖਦੀ ਰਹਿੰਦੀ ਆ ਟੀਵੀ ਤੇ ਖਬਰਾਂ ਦੇਖਦੀ ਰਹਿੰਦੀ ਆ ਜਦੋਂ ਮੈਂ ਦੇਖਦੀ ਆ ਵੀ ਪਾਰਲੀਮੈਂਟ ਚ ਮੁੱਦੇ ਉੱਠਦੇ ਨੇ ਸਾਡੀਆਂ ਪੰਜਾਬ ਦੀਆਂ ਲੇਡੀਜ਼ ਉੱਚੀ ਸੁਰਚਕ ਮੁੱਦੇ ਠਾ ਰਹੀਆਂ ਉੱਥੇ ਜਾ ਕੇ ਫਿਰ ਮੈਨੂੰ ਥਾਟ ਆਇਆ ਵੀ ਸਾਡਾ ਮੁੱਦਾ ਕਿਉਂ ਨਹੀਂ ਠਾਇਆ ਜਿਹੜਾ ਮੈਂ ਅਜੇ ਤੋਂ 20 ਸਾਲ ਪਹਿਲਾਂ ਵੀ ਮੈਂ ਵੱਖਰ ਵੱਖਰ ਜਿਹੜੇ ਐਸ்சிਪੀਸੀ ਦੇ ਜੋ ਵੀ ਪ੍ਰਧਾਨ ਸਭਾ ਰ ਸਹਿਬਾਨ ਰਹੇ ਨੇ ਜਾਂ ਜਿਹੜੇ ਵੀ ਕਨੈਕਟਡ ਮੈਂਬਰ ਰਹੇ ਨੇ ਈਵਨ ਮੇਰਾ ਭਾਂਜਾ ਵੀ ਇੱਕ ਮੈਂਬਰ ਰਿਹਾ ਮੈਂ ਉਹਨਾਂ ਨੂੰ ਹਮੇਸ਼ਾ ਪੁੱਛਦੀ ਰਹੀ ਆ ਮੈਂ ਕਿ ਮੇਰੇ ਗੱਲ ਸੁਣੋ ਵੀ ਔਰਤ ਚੰਦਰਮਾ ਤੇ ਪਹੁੰਚ ਗਈ ਵੀ ਤੁਸੀਂ ਉੱਥੇ ਕੀਰਤਨ ਦਰਬਾਰ ਸਾਬ ਦੇ ਅੰਦਰ ਕਿਉਂ ਨਹੀਂ ਔਰਤਾਂ ਕੀਰਤਨ ਕਰ ਸਕਦੀਆਂ ਸੋ ਆਈ ਵਾਸ ਮੈਂ ਬਹੁਤ ਹਰਾਨ ਹੋਈ ਫਿਰ ਮੈਂ ਮੈਂ ਸੋਚਿਆ ਵੀ ਚਲੋ ਇਹ ਮੰਨਦੇ ਤਾਂ ਹੈ ਨਹੀਂ ਕਿਉਂਕਿ ਮੈਂ ਵੀ ਅਰਜ਼ੀਆਂ ਲਿਖ ਕੇ ਵੀ ਦੇਖ ਲਈਆਂ ਸਭ ਕੁਝ ਕਹਿ ਕੇ ਫਿਰ ਬੰਦਾ ਕਲਾਕਾਰ ਕੀ ਕਰੇ ਕਲਾਕਾਰ ਇੱਕ ਆਪਦੀ ਆਵਾਜ਼ ਨੂੰ ਵਧੀਆ ਤਰੀਕਾ ਸਮਾਜ ਤੱਕ ਪਹੁੰਚਾਉਣ ਦਾ ਵਾਲ ਦੇ ਕੋਨੇ-ਕੋਨੇ ਤੱਕ ਵੀ ਇਹਨੂੰ ਗੀਤ ਦਾ ਰੂਪ ਦੇ ਦਿਓ ਫਿਰ ਮੈਂ ਉਹ ਜਿਹੜੀ ਪੀੜ ਹੈ ਔਰਤਾਂ ਦੀ ਪੀੜ ਹੈ ਜਿਹੜੀ ਹੋ ਸਕਦਾ ਮੈਨੂੰ ਵੀ ਬਹੁਤ ਮਿੱਠੇ ਕੋੜੇ ਤਜਰਬੇ ਹੋਏ ਹੋਣ ਉਹ ਪੀੜ ਹੈ ਜਿਹੜੀ ਔਰਤ ਦੀ ਮੈਂ ਉਸ ਇਸ ਗਾਣੇ ਦੇ ਵਿੱਚ ਬੰਦ ਕੀਤੀ ਹੈ ਮਾਂ ਬੋਲਦੀ ਜਿਹਦੇ ਚ ਜਿਨ੍ਹਾਂ ਦੇ ਬੱਚੇ ਵੀ ਜਿਉਂਦੇ ਹੁੰਦੇ ਨੇ ਮਾਪੇ ਤੁਸੀਂ ਦੇਖਿਆ ਹੋਣਾ ਰੋਜ਼ ਹੀ ਖਬਰਾਂ ਆਪਾਂ ਪੜ੍ਹਦੇ ਆਂ ਵੀ ਸਸਕਾਰਤੇ ਵੀ ਨਹੀਂ ਆਉਂਦੇ ਜਦੋਂ ਮਾਪੇ ਮਰ ਜਾਂਦੇ ਮੈਂ ਟੀਵੀ ਤੋਂ ਇੰਪ੍ਰੈਸ ਹੋ ਕੇ ਕੀਤਾ ਜਾਂ ਪੁੱਤ ਵੀ ਜਦੋਂ ਜਵਾਨ ਹੋ ਜਾਂਦਾ ਮਾਲਾਚਾਰ ਹੋਵੇ ਮਾਂ ਕੋਲੇ ਪੈਸੇ ਨਾ ਹੋਣ ਕੁਛ ਨਾ ਹੋਵੇ ਤਾਂ ਪੁੱਤ ਵੀ ਕਹਿ ਦਿੰਦਾ ਵੀ ਗੈਟ ਆਊਟ ਮੇਰੇ ਘਰ ਤੋਂ ਬਾਹਰ ਜਾਓ ਤੇ ਪਤੀ ਨੇ ਤਾਂ ਕਦੇ ਹੱਕ ਪੂਰਾ ਦਿੱਤਾ ਹੀ ਨਹੀਂ ਪਤੀ ਤਾਂ ਜਦੋਂ ਮਰਜ਼ੀ ਕਹਿੰਦੇ ਨੇ ਘਰੋਂ ਬਾਹਰ ਨਿਕਲੋ ਹਾਂ ਪਿਓ ਸਤਕਾਰ ਮਾਨ ਹੁੰਦਾ ਪਰ ਧੀਆ ਆਪਾਂ ਨੂੰ ਵੀ ਪਤਾ ਵੀ ਧੀਆ ਨੇ ਦੂਜੇ ਘਰੇ ਜਾਣਾ ਹੁੰਦਾ ਹੈ ਪਰ ਧੀ ਦਾ ਘਰ ਤਾਂ ਉਹ ਵੀ ਨਹੀਂ ਹੁੰਦਾ ਜਿੱਥੇ ਉਹ ਪੈਦਾ ਹੁੰਦੀ ਹੈ ਸੋ ਬਹੁਤ ਹੀ ਵਧੀਆ ਲੱਗਿਆ ਮੈਨੂੰ ਗੀਤ ਫਿਰ ਮੈਂ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਜਲਦੀ ਮੈਂ ਸ਼ਾਇਦ ਪਰਸੋਂ ਤੱਕ ਆਪਾਂ ਰਿਲੀਜ਼ ਕਰ ਦਈਏ ਵੀਡੀਓ ਬਣ ਜੂਗੀ ਕੱਲ ਤੱਕ ਪਰ ਮੇਰੇ ਦਿਲ ਦਾ ਦਰਦ ਆ ਉਹ ਮੇਰੇ ਦਿਲ ਦਾ ਨਹੀਂ ਬਹੁਤ ਔਰਤਾਂ ਦੇ ਦਿਲ ਦਾ ਦਰਦ ਹੈ ਤੇ ਪਤਾ ਨਹੀਂ ਚੰਗਾ ਲੱਗੂ ਤਾਂ ਠੀਕ ਨਹੀਂ ਹੈ ਤਾਂ ਗੱਲ ਅਸਲੀਅਤ ਹੈ 100% ਸੱਚ ਹੈ ਪਰ ਜੀ ਦੇਖਿਓ ਜਿਵੇਂ ਤੁਸੀਂ ਕਿਹਾ ਕਿ ਔਰਤਾਂ ਨੂੰ ਖੈਰ ਇਹ ਜੀ ਗੱਲ ਨਹੀਂ ਸਨਮਾਨ ਤੌਰ ਤੇ ਜਿਵੇਂ ਕਹੀਏ ਕਿ ਬਹੁਤ ਥਾਵਾਂ ਵੀ ਮਿਲ ਜਾਂਦੇ ਆ ਨੇ ਆਪਾਂ ਸਤਿਕਾਰ ਦਿੱਤਾ ਜਾਂਦਾ ਵੱਲ ਤੌਰ ਤੇ ਜੇ ਦੇਖਿਆ ਜਾਵੇ ਬਾਹਰ ਦਾ ਤਾਂ ਨਹੀਂ ਕਹਿੰਦੇ ਹੈਗੇ ਪਰ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਈਏ ਤਾਂ ਸਤਿਕਾਰ ਉਹ ਕਿ ਤਰ੍ਹਾਂ ਕਿਤੇ ਬਰਾਬਰ ਤੌਰ ਤੇ ਦਿੱਤਾ ਜਾਂਦਾ ਪਰ ਕਈ ਚੀਜ਼ਾਂ ਹੈਗੀਆਂ ਨੇ ਹਜੇ ਵੀ ਜਿਨ੍ਹਾਂ ਤੇ ਲੰਬੀ ਡਿਬੇਟ ਚੱਲਦੀ ਰਹਿੰਦੀ ਆ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਹੁਣ ਜਿਹੜੀ ਗੱਲ ਤੁਸੀਂ ਕਹੀ ਕੀ ਦਰਬਾਰ ਸਾਹਿਬ ਵਿਖੇ ਕੀਰਤਨ ਜਾਂ ਗੁਰਬਾਣੀ ਕਰਨ ਨੂੰ ਲੈ ਕੇ ਉਹ ਅੱਜ ਤੱਕ ਕਰ ਮਸਲੇ ਦੇ ਉੱਤੇ ਜੇ ਕਿ ਇਹ ਬਿਆਨਬਾਜ਼ੀਆਂ ਤਾਂ ਬਹੁਤ ਹੋਈਆਂ ਚਰਚਾਵਾਂ ਹੀ ਚੱਲੀਆਂ ਗਈਆਂ ਤੁਹਾਨੂੰ ਲੱਗਦਾ ਤੁਹਾਡੇ ਇਸ ਗੀਤ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਚਰਚਾ ਖੜੀ ਹੋਊਗੀ ਇਹ ਚਰਚਾ ਖੜੀ ਹੋਣੀ ਬਣਦੀ ਹੈ ਐਂਡ ਜੇ ਇਹ ਐਸਜੀਪੀਸੀ ਵਾਲੇ ਕਹਿੰਦੇ ਨੇ ਕਿ ਔਰਤਾ ਕਾਬਲ ਨਹੀਂ ਹੈ ਕਿਉਂਕਿ ਉਹਨਾਂ ਦੇ ਜਿਹੜੇ ਰਾਗ ਨੇ ਜਾਂ ਜਿਹੜੇ ਨੇ ਉਹ ਮੈਂ ਵਾਦਾ ਕਰਦੀ ਆਂ ਵੀ ਮੈਂ ਦੇਉਂਗੀ ਇਹਨਾਂ ਨੂੰ ਕੀਰਤਨ ਕਰ ਲਈ ਜਿੰਨੇ ਹੁਣ ਸਤਿਕਾਰਯੋਗ ਰਾਗੀ ਸਹਿਬਾਨ ਦਰਬਾਰ ਸਾਹਿਬ 'ਚ ਕੀਰਤਨ ਕਰ ਰਹੇ ਹਨ ਉਹਨਾਂ ਦੇ ਟੱਕਰ ਦੀਆਂ ਔਰਤਾਂ ਜੋ ਜੋ ਕੁਛ ਉਹਨਾਂ ਨੂੰ ਆਉਂਦਾ ਹੈ ਉਹ ਮੈਂ ਪੈਦਾ करूंगी ਜੀ ਮੇਰਾ ਵਾਦਾ ਹੈ ਮੈਂ ਦੇਉਂਗੀ ਔਰਤਾਂ ਉਹਨਾਂ ਨੂੰ ਇਹ ਬਾਨਾ ਤਾਂ ਨਹੀਂ ਚੱਲਣਾ ਹੁਣ ਹਨਾ ਬਾਕੀ ਮੇਰੇ ਲਈ ਸਨਮਾਨਯੋਗ ਨੇ ਐਸਜੀਪੀਸੀ ਵਾਲੇ ਵੀ ਮੇਰੇ ਆਪਣੇ ਨੇ ਬਾਦਲ ਸਾਹਿਬ ਨੂੰ ਵੀ ਮੈਂ ਮੈਨੂੰ ਮਾਨ ਦਿੱਤਾ ਸੀ ਉਹਨਾਂ ਨੇ ਮੈਨੂੰ ਐਡਵਾਈਜ਼ਰ ਬਣਾਇਆ ਸੀ ਮੈਂ ਉਹਨਾਂ ਨੂੰ ਵੀ ਮਿਲਦੀ ਰਹੀ ਆ ਬੇਨਤੀਆਂ ਵੀ ਕੀਤੀਆਂ ਹੈ ਪਰ ਲੱਗਦਾ ਉਸ ਸਮੇਂ ਦੇ ਦੌਰਾਨ ਵੀ ਇਹ ਗੱਲ ਤਾਂ ਤੁਸੀਂ ਯਾਦ ਜੀ ਗੱਲ ਉਹਦੋਂ ਵੀ ਕਰੀ ਹੋਣੀ ਹੈ ਫਿਰ ਲਾਗੂ ਤਾਂ ਜਾਂ ਕਹੀਏ ਕਿ ਇਹਦੀ ਤੇ ਇਹਨੂੰ ਲੈ ਕੇ ਜ਼ੋਰ ਇਸ ਚੀਜ਼ ਤੇ ਤਾਂ ਸ਼ਾਇਦ ਨਹੀਂ ਮੈਨੂੰ ਸਮਝ ਹੀ ਨਹੀਂ ਆਉਂਦੀ ਵੀ ਬਾਦਲ ਸਾਹਿਬ ਕਿਹੜੇ ਤਰੀਕੇ ਨਾਲ ਗੱਲ ਦਾ ਜਵਾਬ ਦੇ ਦਿੰਦੇ ਸੀਗੇ ਬੰਦੇ ਨੂੰ ਮਤਲਿਕ ਦੈਟ ਮੈਂ ਕਿਹਾ ਵੀ ਇਹ ਵੀ ਤੁਸੀਂ ਬਾਪੂ ਜੀ ਹਾਂਜੀ ਮੈਂ ਕਿਹਾ ਜੀ ਇਹ ਮੈਂ ਸ਼ਾਮ ਨੂੰ ਇੱਕ ਵਾਰੀ ਗਈ ਸੀ ਮੈਂ ਕਿਹਾ ਇਹ ਕੋਈ ਨਹੀਂ ਹੁੰਦਾ ਕਹਿੰਦੇ ਬੀਬੀ ਇਹ ਲੰਮੀਆਂ ਗੱਲਾਂ ਡੂੰਘੀਆਂ ਗੱਲਾਂ ਇਹਨਾਂ ਨੂੰ ਛੱਡੋ ਤੁਸੀਂ ਫਿਰ ਮੈਂ ਨੰਨੀ ਛਾਂ ਕੋਲੇ ਵੀ ਗਈ ਹਰ ਸੇ ਮਰਤਕਾਰ ਬਦਲ ਨੂੰ ਵੀ ਲਿਖ ਕੇ ਐਪਲੀਕੇਸ਼ਨ ਭੇਜੀ ਤੇ ਉਹ ਪਤਾ ਹੀ ਨਹੀਂ ਉਹਨੇ ਕਿੱਧਰ ਗਈ ਕਿੱਧਰ ਨਹੀਂ ਗਈ ਹੁਣ ਮੈਂ ਬੀਬਾ ਜੀ ਨੂੰ ਵੀ ਕਹਿਣਾ ਚਾਹੁੰਦੀ ਆ ਵੀ ਇਸ ਐਸਜੀਪੀਸੀ ਤੁਹਾਡੀ ਆਪਣੀ ਹੈ ਸਾਰੇ ਆਪਣੇ ਨੇ ਹਨਾ ਮੇਰੇ ਲਈ ਤੁਸੀਂ ਸਾਰੇ ਸਤਿਕਾਰਯੋਗ ਹੋ ਵੀ ਤੁਸੀਂ ਇਹ ਵੀ ਚਲੋ ਥੋੜੀ ਜੀ ਮੈਂ ਮੰਨਦੀ ਆ ਔਰਤਾਂ ਨੂੰ ਸਮਾਨਤਾ ਮਿਲਦੀ ਹੈ ਪੰਜਾਬ ਚ ਵੀ ਬਹੁਤ ਮਾਨ ਇੱਜ਼ਤ ਮਿਲਦਾ ਮੈਂ ਨਹੀਂ ਕਹਿੰਦੀ ਆਈ ਡੂ ਐਗਰੀ ਮੈਨੂੰ ਵੀ ਬਹੁਤ ਇੱਜ਼ਤ ਮੈ ਵੀ ਤਾਂ ਇੱਕ ਔਰਤ ਆ ਮੈਨੂੰ ਲੋਕੀ ਆਦੀਆਂ ਪਲਕਾਂ ਤੇ ਬਿਠਾਈ ਬੈਠੇ ਨੇ ਪੰਜਾਬੀ ਪੰਜਾਬੀ ਮਾਂ ਬੋਲੀ ਕਰਕੇ ਬਟ ਐਟ ਦਾ ਸੇਮ ਟਾਈਮ ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਆਉਂਦਾ 10 10 ਗੁਰੂ ਆਉਂਦੇ ਨੇ ਅਸੀਂ ਕਿੰਨਾ ਇੱਕ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡਾ ਗ੍ਰੰਥ ਹੈ ਦੁਨੀਆਂ ਦੇ ਸਭ ਤੋਂ ਗ੍ਰੰਥਾ ਤੋਂ ਵੱਡਾ ਗ੍ਰੰਥ ਹੈ ਫਿਰ ਉਸ ਨੂੰ ਔਰਤ ਕਿਉਂ ਨਹੀਂ ਵਿਚਾਰੀ ਪੜ ਸਕਦੀ ਜੀ ਨੇ ਸੋਖ ਮੰਦਾ ਆਖੀ ਜਿੱਤ ਜਮਾ ਰਾਜਣ ਔਰਤ ਦੇ ਜਿਹੜੇ ਜੰਮੇ ਹੋਏ ਨੇ ਪੈਦਾ ਕੀਤੇ ਹੋਏ ਨੇ ਉਹ ਤਾਂ ਕੀਰਤਨ ਕਰ ਰਹੇ ਨੇ ਔਰਤ ਆਪ ਕਿਉਂ ਨਹੀਂ ਕਰ ਸਕਦੀ ਫਿਰ ਮੈਨੂੰ ਥੋੜਾ ਜਾਂ ਦੇ ਲਈ ਦਰਦ ਹੈ ਮੈਨੂੰ ਇਸ ਗੱਲ ਦਾ ਵੀ ਕਿਉਂ ਨਹੀਂ ਕੀਰਤਨ ਕਰ ਸਕਦੀ। ਬਸ ਇਹਦੇ ਤੇ ਕਿਰਾ ਬੀਬੀ ਜਗੀਰਕੌਰ ਹੋਰਾਂ ਦੀ ਮੈਂ ਮੀਡੀਆ ਰਿਪੋਰਟ ਪੜ੍ਹ ਰਿਆ ਸੀ ਉਹਦੇ ਚ ਉਹਨਾਂ ਦੀ ਸਟੇਟਮੈਂਟ ਲੱਗੀ ਹੋਈ ਸੀ ਕਹਿੰਦੇ ਕਿ ਅਸੀਂ ਇਸ ਚੀਜ਼ ਨੂੰ ਲੈ ਕੇ ਐਡਵਰਟਾਈਜ਼ ਵੀ ਕਰਿਆ ਪਰ ਕੋਈ ਕਦੇ ਆਇਆ ਹੀ ਨਹੀਂ ਹੈਗਾ ਕਿਉਂਕਿ ਦੇਖੋ ਇਹ ਤਾਂ ਜ਼ਹਰ ਜੀ ਗੱਲ ਹੈ ਕਿ ਉੱਥੇ ਚਾਹੀਦਾ ਤਾਂ ਕਾਬਲੀਅਤ ਖਰੇ ਚ ਕੋਈ ਦੌਰ ਆਇ ਨਹੀਂ ਪਰ ਰਹੀ ਗੱਲ ਉਹ ਕਹਿੰਦੇ ਵੀ ਕਿਸੇ ਨੇ ਪ੍ਰਪੋਜ਼ ਹੀ ਨਹੀਂ ਕਰਿਆ ਹੈਗਾ ਕਿ ਕਿਸੇ ਨੇ ਮੂਰੇ ਆ ਕੇ ਹੰਬਲਾ ਹੀ ਨਹੀਂ ਮਾਰਿਆ ਵੀ ਹਾਂ ਮੈਂ ਕਰਨਾ। ਬੀਬੀ ਜਗੀਰਕੌਰ ਦੀ ਗੱਲ ਇਹ ਸੱਚੀ ਹੋ ਵੀ ਸਕਦੀ ਹੈ ਕਿਉਂਕਿ ਕਈ ਵਾਰੀ ਐਡ ਆਪਾਂ ਪੜਦੇ ਇਹ ਨਹੀਂ ਹੋ ਸਕਦਾ ਵੀ ਜੇ ਐਡ ਪੜ੍ਹ ਕੇ ਜਿਹੜੀਆਂ ਸਮਰੱਥ ਬੀਬੀਆਂ ਨੇ ਰਾਗੀ ਜਿਹੜੇ ਜਥੇ ਨੇ ਸਮਰੱਥ ਬੀਬੀਆਂ ਦੇ ਉਹ ਨਾਂ ਆਉਣ ਕਿਉਂਕਿ ਹਰ ਇੱਕ ਚਾਹੁੰਦਾ ਤੁਸੀਂ ਐਂ ਦੱਸੋ ਵੀ ਵਰਲਡਵਾਈਡ ਪੰਜਾਬੀ ਚਾਹੁੰਦਾ ਵੀ ਨਤਮਸਤਕ ਹੋਈਏ ਜਦੋਂ ਪੰਜਾਬ ਚ ਆਉਂਦੇ ਨੇ ਹੁੰਦੇ ਨੇ ਨਾ ਨਤਮਸਤਕ ਵੀ ਦਰਬਾਰ ਸਭ ਜਾਈਏ ਤੇ ਕੀ ਤੁਸੀਂ ਸੋਚ ਸਕਦੇ ਹੋ ਕਿ ਬੀਬੀਆਂ ਦੇ ਜਥੇ ਜਿਨ੍ਹਾਂ ਨੂੰ ਪੂਰਾ ਕੰਠਾ ਜਿਨ੍ਹਾਂ ਨੂੰ ਪੂਰਾ ਗਰਬਾਣੀ ਦੀ ਨੌਲੇਜ ਆ ਚਾਹੁੰਦੀਆਂ ਨਹੀਂ ਹੋਣਗੀਆਂ ਵੀ ਦਰਬਾਰ ਸਭ ਜਾ ਕੇ ਕੀਰਤਨ ਕਰੀਏ ਕੀ ਉਹਨਾਂ ਨੇ ਅਪਰੋਚ ਨਹੀਂ ਕੀਤੀ ਹੋਏਗੀ ਸੋ ਬੀਬੀ ਜਗੀਰ ਕੌਰ ਜੀ ਨੇ ਆਪਦੇ ਵੇਲੇ ਹੰਬਲਾ ਮਾਰਿਆ ਸੀ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹਾਂ ਪਰ ਉਹ ਗੱਲ ਜਦੋਂ ਜਿੰਨਾ ਤੱਕ ਪੂਰੀ ਨਹੀਂ ਚੜੀ ਤਾਂ ਉਹਦਾ ਫਾਇਦਾ ਕੀ ਹੋਇਆ ਇਹਦੇ ਵਿੱਚ ਵੈਸੇ ਜੇ ਦੇਖਿਆ ਜਾਵੇ ਉਨਤਾਈਆਂ ਕੀ ਨੇ ਜਾਂ ਕਿ ਇਹ ਕਿ ਰੁਕ ਟੋਕ ਕੀ ਹੈ ਕਿ ਧਾਰਮਿਕ ਤੌਰ ਤੇ ਕਿਉਂਕਿ ਜਿਵੇਂ ਕਈ ਚੀਜ਼ਾਂ ਹੁੰਦੀਆਂ ਨੇ ਵੀ ਜਿਵੇਂ ਇਹ ਸ਼ਾਸਤਰਾਂ ਚ ਲਿਖੀਆਂ ਗਈਆਂ ਕਿਉਂਕਿ ਉਹਨਾਂ ਨੂੰ ਤਾਂ ਕੋਈ ਚੈਲੰਜ ਵੀ ਨਹੀਂ ਕਰਦਾ ਜਾਂ ਕਿ ਇਹ ਕਿ ਜਿਹੜੀ ਇੱਕ ਸਿੱਖ ਰਹਿਤ ਮਰਿਆਦਾ ਹੈਗੀ ਉਹਦੇ ਚ ਕੋਈ ਗੱਲ ਹੋਵੇ ਉਹਨੂੰ ਵੀ ਆਪਾਂ ਨਹੀਂ ਕਹਿ ਸਕਦੇ ਕੋਈ ਇਸ ਤਰ੍ਹਾਂ ਦੀ ਰਹਿਤ ਮਰਿਆਦਾ ਜਾਂ ਕੋਈ ਹੈ ਇਸ ਤਰ੍ਹਾਂ ਦਾ ਵੀ ਪੁਰਾਣਾ ਜਿਹਨੂੰ ਆਪਾਂ ਜੇ ਕਹੀਏ ਕਿ ਆਥੈਂਟਿਕ ਤੌਰ ਤੇ ਕਿਸੇ ਗ੍ਰੰਥ ਚ ਸ਼ਾਸਤਰਾਂ ਚ ਜਾਂ ਦੁਬਾਰਾ ਚ ਜ ਕਿਸੇ ਨੇ ਕੋਈ ਵਿਚਾਰ ਸਾਂਝੇ ਕਰੇ ਨੇ ਇਹਦੇ ਤੇ ਕੋਈ ਰੋਕ ਟੋਕ ਹੈ ਨੋ ਨੋ ਅਬ ਵੇਖੋ ਆਈ ਏਮ ਟਾਕਿੰਗ ਅਬਾਊਟ ਸਿੱਖ ਧਰਮ ਐਂਡ ਆ ਮੈਂ ਪੀ ਐਚ ਡੀ ਕੀਤੀ ਹੋਈ ਆ ਫੋ ਕਲਚਰ ਆ ਪੰਜਾਬ ਚ ਉਹਦੇ ਚ ਸਾਨੂੰ ਧਰਮ ਵੀ ਪੜਾਇਆ ਗਿਆ ਕਿਤੇ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਵੀ ਔਰਤ ਉੱਥੇ ਕੀਰਤਨ ਨਹੀਂ ਕਰ ਸਕਦੀ ਜਿਹੜੇ ਵੀ ਤੁਸੀਂ ਆਥੈਂਟਿਕ ਰੀਜਨਸ ਕਹਿੰਦੇ ਹੋ ਆਈ ਕੈਨ ਅੰਡਰਸਟੈਂਡ 댓 ਔਰਤ ਦੀਆਂ ਫਿਜ਼ੀਕਲ ਪ੍ਰੋਬਲਮਸ ਕਰਕੇ ਕਿਤੇ ਵੀ ਨਹੀਂ ਲਿਖਿਆ ਉਹ ਤਾਂ ਔਰਤ ਨੂੰ ਵੀ ਪਤਾ ਮੈਂ ਕਦੋਂ ਜਾਣਾ ਕਦੋਂ ਪਾਜ ਪੂਜਾ ਕਰਨੀ ਹੈ ਕਦੋਂ ਮੈਂ ਪਾਠ ਕਰਨਾ ਕਦੋਂ ਮੈਂ ਕਰਨਾ ਔਰਤ ਇੰਨੀ ਕਮਲੀ ਥੋੜਾ ਜਿਹੜੀ ਚੰਦਰਮਾ ਤੇ ਪਹੁੰਚ ਗਈ ਔਰਤ ਔਰਤ ਰਾਸ਼ਟਰਪਤੀ ਔਰਤ ਰਹਗੀ ਕਿਹੜਾ ਉਧਰ ਜਿੱਥੇ ਔਰਤ ਨਹੀਂ ਪਹੁੰਚੀ ਇੱਕ ਹੀ ਰਹਿ ਗਿਆ ਦਰਬਾਰ ਸਾਹਿਬ ਚ ਕੀਰਤਨ ਨਹੀਂ ਹੋਇਆ ਬਾਕੀ ਤਾਂ ਸਾਰੇ ਹੋ ਹੀ ਜਾਂਦੇ ਆ ਸਰਕਾਰਾਂ ਵੀ ਕਰ ਰਹੀਆਂ ਨੇ ਤੇ ਫਿਰ ਉਹ ਕਿਉਂ ਨਹੀਂ ਸਾਡਾ ਸਿੱਖ ਧਰਮ ਵੇਖੋ ਮੈਨੂੰ ਤਾਂ ਬਾਲਾ ਬਾਲੀ ਨੌਲੇਜ ਨਹੀਂ ਪਰ ਮੈਂ ਇਹ ਸੋਚਦੀ ਆ ਜਿੱਦੋਂ ਆਪਾਂ ਬਾਹਰ ਵੀ ਜਾਂਦੇ ਆ ਸਾਨੂੰ ਖਾਲਸਾਣ ਚਾਹੀਦਾ ਸਾਨੂੰ ਸਾਨੂੰ ਆ ਚਾਹੀਦਾ ਆਈ ਐਮ ਸੌਰੀ ਟੂ ਸੇ ਮੇਰੇ ਭਰਾ ਨੇ ਉਹ ਵੀ ਬਟ ਮੇਰੀ ਗੱਲ ਸੁਣੋ ਵੀ ਖਾਲਸਾਣ ਤੋਂ ਪਹਿਲਾਂ ਤੁਸੀਂ ਜਿਹੜਾ ਪੰਜਾਬ ਹੈ ਜੋ ਕੁਝ ਪੰਜਾਬ ਚ ਸਿੱਖੀ ਹੈ ਪਹਿਲਾਂ ਉਹਨੂੰ ਤਾਂ ਬਚਾ ਲੋ ਉਹ ਗੱਲਾਂ ਤਾਂ ਬਾਕੀ ਦੀਆਂ ਤਾਂ ਆਪਾਂ ਬਾਅਦ ਚ ਕਰਾਂਗੇ ਸਿੱਖ ਜੁਨਾਈਟ ਤਾਂ ਹੋ ਜੋ ਪਹਿਲਾਂ ਇੱਕ ਪਲੇਟਫਾਰਮ ਤੇ ਤਾਂ ਖੜੇ ਹੋ ਜੋ ਸਮਝ ਗਏ ਨਾ ਪੰਜਾਬ ਤਾਂ ਅੱਗੇ ਪੰਜਾਬੀ ਬਣਿਆ ਪਿਆ ਛੋਟੀ ਜਿਹਾ ਤਾਂ ਰਹਿ ਗਿਆ ਸਟੇਟ ਕਿੰਨਾ ਵੱਡਾ ਸਟੇਟ ਸੀ ਆਪਣਾ ਪੰਜਾਬ ਬਿਲਕੁਲ ਬਿਲਕੁਲ ਹੁਣ ਜੇ ਜੇ ਪੰਜਾਬ ਨੂੰ ਮਾਰਨਾ ਹੋਵੇ ਤਾਂ ਪੁੱਠੇ ਪਾਸੇ ਲੈ ਜਾਓ ਦੂਜੀ ਗੱਲ ਜੇ ਕੁਝ ਕਰਨਾ ਤਾਂ ਦੇਸ਼ ਲਈ ਲੜੋ ਦੇਸ਼ ਲਈ ਮਰੋ ਸਾਜ਼ਿਸ਼ਾਂ ਨਾ ਕਰੋ ਪੰਜਾਬ ਲਈ ਸਾਜ਼ਿਸ਼ਾਂ ਨਾ ਘੜੋ ਜੇ ਜੇ ਕੁਝ ਕਰਨਾ ਤਾਂ ਇੱਥੇ ਆ ਕੇ ਪੰਜਾਬ 'ਚ ਕਰ ਲਓ ਪੰਜਾਬੀਆਂ ਨੂੰ ਮਗਰ ਲਾ ਲਓ ਪੰਜਾਬ ਤਾਂ ਅੱਗੇ ਜਿਹੜਾ ਪਿਆ ਬੱਚੇ ਬਾਹਰ ਜਾ ਰਹੇ ਨੇ ਪੰਜਾਬ 'ਚ ਤੁਹਾਨੂੰ ਪਤਾ ਹੀ ਇਹ ਕੀ ਕੁਝ ਹੋ ਰਿਹਾ ਬਾਕੀ ਹਾਂ ਬਾਕੀ ਮੈਂ ਮੈਂ ਮਾਣ ਕਰਦੀ ਆ ਜਿਹੜੀ ਹੁਣ ਸਰਕਾਰ ਬਣੀ ਆ ਮੈਂ ਭਗਵੰਤ ਮਾਨ ਨੂੰ ਮੇਰਾ ਵੀਰ ਹੈ ਛੋਟਾ ਸੀ ਇਕੱਠੇ ਕੰਮ ਕੀਤਾ 10-15 ਸਾਲ ਮੈਂ ਉਹਨਾਂ ਨੂੰ ਵੀ ਈਮੇਲ ਕੀਤੀ ਆ ਵੀ ਹੱਕ ਹੋਣਾ ਚਾਹੀਦਾ ਮੈਂ ਲਿਖਤੀ ਤੌਰ ਤੇ ਵੀ ਯਾਨੀ ਕਿ ਗੱਲੇ ਗਾਣੇ ਤੱਕ ਨਹੀਂ ਲਿਖਤੀ ਵੀ ਭੇਜਤਾ ਤੁਸੀਂ ਇਹ ਸਾਰਾ ਸਭ ਨੂੰ ਲਿਖਤੀ ਭੇਜਤਾ ਐਸਜੀਪੀਸੀ ਦੇ ਪ੍ਰਧਾਨ ਨੂੰ ਵੀ ਭੇਜਤਾ ਸਨਮਾਨਯੋਗ ਸਾਡੇ ਮੇਰੇ ਵੀਰ ਭਗਵੰਤ ਮਾਨ ਜੀ ਨੂੰ ਵੀ ਮੈਂ ਭੇਜਿਆ ਉਹਨਾਂ ਦਾ ਤਾਂ ਮੈਨੂੰ ਪੂਰਨ ਆਸ ਹੈ ਵੀ ਸਾਡਾ ਸਾਥ ਦੇਣਗੇ ਉਹਨਾਂ ਨੂੰ ਵੀ ਮੈਂ ਈਮੇਲ ਕਰਤੀ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਕੋਲੇ ਹੈ ਰਿਕਾਰਡ ਸੋ ਅੱਗੋਂ ਦੇਖਦੇ ਆ ਰੱਬ ਰੱਖਾ ਆਪਾਂ ਤਾਂ ਹੱਕ ਹੀ ਮੰਗੇ ਆਪਾਂ ਕਿਹੜਾ ਉਹਨਾਂ ਤੋਂ ਕੋਈ ਕਰੋੜਾਂ ਦੀ ਜਾਇਦਾਦ ਲੈਣੀ ਹੈ ਵੀ ਬੀਬੀਆਂ ਦੇ ਨਾਂ ਕਰਵਾ ਦੇਓ ਰੱਖਣ ਆਪਦੇ ਕੋਲੇ ਜੋ ਕੁਝ ਹੈਗਾ ਸਾਨੂੰ ਤਾਂ ਹੱਕ ਚਾਹੀਦੇ ਨੇ ਆਪਣੇ ਜਿਹੜੇ ਰਹਿੰਦੇ ਆ ਉਹ ਵੀ ਦੇ ਦਿਓ ਜਿਹੜੇ ਦਿੱਤੇ ਆ ਹੁਣ ਲਈ ਉਹਨਾਂ ਲਈ ਆਈ ਐਮ ਗ੍ਰੇਟਫੁਲ ਟੂ ਆਲ ਆਫ ਯੂ ਸਾਰਿਆਂ ਵੀ ਪਾਰਟੀਆਂ ਨੇ ਜਿੰਨੇ ਵੀ ਹੱਕ ਦਿੱਤੇ ਅਸੀਂ ਸ਼ੁਕਰਗੁਜ਼ਾਰ ਆ ਪਰ ਸ਼ਬਦ ਵਰਤੇ ਵੀ ਹੱਕ ਚਾਹੀਦੇ ਆ ਕਹਿਣ ਦਾ ਮਤਲਬ ਇੱਥੇ ਵੀ ਤੁਸੀਂ ਪਹਿਲਾਂ ਹੀ ਹੱਕ ਤੌਰ ਤੇ ਗੱਲ ਕਰੀਏ ਕੋਈ ਰਿਕੁਐਸਟ ਨਹੀਂ ਕੀਤੀ ਹੈਗੀ ਵੀ ਵੀ ਭਾਈ ਤੁਸੀਂ ਇਹਨੂੰ ਕਨਸੀਡਰ ਕਰ ਲਓ ਰਿਕੁਐਸਟ ਕਰਦਿਆਂ ਨੂੰ 20 ਸਾਲ ਤਾਂ ਹੋ ਗਏ ਰਿਕੁਐਸਟਾਂ ਹੀ ਕੀਤੀਆਂ ਨਾਲੇ ਹੱਕਾਂ ਲਈ ਕਿੰਨੀਆਂ ਰਿਕੁਐਸਟ ਕਰੀਏ ਜੇ ਬੰਦਿਆਂ ਦੇ ਹੱਕ ਨਹੀਂ ਜੇ ਆਦਮੀ ਆਪਣੇ ਹੱਕ ਲੈਂਦੇ ਨੇ ਤੇ ਔਰਤਾਂ ਨੂੰ ਵੀ ਹੱਕ ਲੈਣ ਦਾ ਪੂਰਾ ਅਧਿਕਾਰ ਹੈ ਤੇ ਹੱਕ ਨਾਲ ਹੀ ਹੱਕ ਮੰਗਣਾ ਚਾਹੀਦਾ ਪਰ ਸੁਖੀ ਜੀ ਜੇ ਕੱਲ ਨੂੰ ਇਹਦੇ ਤੇ ਕਿਉਂਕਿ ਹੁਣ ਜਿਉਂ ਤੁਹਾਡਾ ਗਾਣਾ ਆਊਟ ਹੋਣਾ ਵੈਸੇ ਤਾਂ ਮੈਂ ਮੈਕਸੀਮਮ ਵੀ ਜਦ ਤੁਹਾਨੂੰ ਹੁਣ ਸੁਣੀ ਲੈਣਾ ਸਾਰਿਆਂ ਨੇ ਇਸ ਚੀਜ਼ ਤੇ ਲੱਗਦਾ ਵੀ ਧਾਰਮਿਕ ਤੌਰ ਤੇ ਵਿਚਾਰ ਰੱਖਣ ਵਾਲੇ ਲੋਕ ਨੇ ਜਾਂ ਸਿੱਖ ਬੁੱਧੀ ਜੀ ਵੀ ਨੇ ਜਿਹੜੇ ਉਹ ਇਹਦੇ ਤੇ तमाम तरह ਦੀਆਂ ਟਿੱਪਣੀਆਂ ਕਰਨਗੇ ਨਾ ਚਾ ਟਿੱਪਣੀਆਂ ਤੋਂ ਵੀ ਆਪਾਂ ਸਿੱਖੀਏ ਕੁਝ ਜਿਹੜੀਆਂ ਟਿੱਪਣੀਆਂ ਵੀ ਜੇ ਕ੍ਰਿਟਿਸਾਈਜ਼ ਵੀ ਕੋਈ ਬੰਦਾ ਕਰਦਾ ਨਾ ਉਹਦੇ ਚੋਂ ਵੀ ਜੋ ਘਟਦਾ ਐ ਐਜੂਕੇਸ਼ਨ ਫਰਮ ਥਰ ਆਂਡ ਆਈ ਵਿਲ ਵੈਲਕਮ 올 ਦਾ ਜਿਹੜੇ ਸਿੱਖੀ ਬੁੱਧ ਸਿੱਖ ਬੁੱਧੀ ਜੀ ਵੀ ਨੇ ਮੈਂ ਉਹਨਾਂ ਦਾ ਸਵਾਗਤ ਕਰਾਂਗੀ ਕਿਉਂਕਿ ਸਿੱਖ ਬੁੱਧੀ ਜੀ ਸੀ ਤਾਂ ਬਾਹਰੋਂ ਆ ਰਹੇ ਸੀ ਤੇ ਇਹਨਾਂ ਨੇ ਮਨਾ ਕਰਤਾ ਸੀਗਾ ਜਦੋਂ ਕਹਿੰਦੇ ਸੀ ਵੀ ਨਹੀਂ ਸਿੱਖ ਜ਼ੁਮਚੇ ਨਹੀਂ ਲਿਖਿਆ ਐਂਡ ਵੈਸੇ ਮੈਂ ਦਿਲ ਦੀ ਗੱਲ ਦੱਸਾਂ ਗੁਰੂ ਗ੍ਰੰਥ ਸਾਹਿਬ 'ਚ ਉਹ ਗੱਲਾਂ ਨਹੀਂ ਲਿਖੀਆਂ ਜਿਹੜੀਆਂ ਵਾਪਰ ਰਹੀਆਂ ਸਾਡੇ ਸਿੱਖ ਧਰਮ 'ਚ ਮਾਨਸ ਕੀ ਜਾਤ ਸਭਾ ਇੱਕਾ ਪਹਿਚਾਨ ਬੋ ਕੋਈ ਜਾਤ ਪਾਤ ਧਰਮ ਸਾਡੇ ਗੁਰੂ ਗ੍ਰੰਥ ਸਾਹਿਬ ਵਿਬਾਨ ਨਹੀਂ ਕਰਦਾ ਹਰ ਜਾਤ ਗੋਤ ਧਰਮ ਵਿਧੀਆਂ ਦੇ ਕਵੀ ਸੂਫੀ ਸੰਤ ਫਕੀਰਾਂ ਨੇ ਗਰਬਾਣੀ ਲਿਖੀ ਹੈ ਪਰ ਗੁਰਦੁਆਰੇ ਇੱਥੇ ਸ਼ੈਡਿਊਲ ਕਾਸਟਾਂ ਦੇ ਅੱਡ ਬਣੇ ਹੋਏ ਨੇ ਪਿੰਡਾਂ ਚ ਜਾਓ ਸਮਸ਼ਾਨ ਘਟਾ ਅਲੱਗ ਬਣੀਆਂ ਹੋਈਆਂ ਨੇ ਫਿਰ ਜੇ ਗਰਬਾਣੀ ਤੇ ਅਸਰ ਕਰਨਾ ਤਾਂ ਪੂਰਾ ਹੀ ਕਰੋ 100% ਫਿਰ ਇਹ ਕਿਉਂ ਜਾਤਾਂ ਪਾਤਾਂ ਫਿਰ ਇਹ ਕਿਉਂ ਉੱਚੀ ਨੀਚ ਸਮਝ ਗਏ ਨਾ ਜਦਾ ਪੂਰਾ ਕਰੋ ਜਿੱਥੇ ਇਹਨਾਂ ਦਾ ਦਿਲ ਕਰਦਾ ਉੱਥੇ ਵਰਤ ਲੈਂਦੇ ਆ ਗਰਬਾਣੀ ਨੂੰ ਜਿੱਥੇ ਨਹੀਂ ਦਿਲ ਕਰਦਾ ਉੱਥੇ ਨਹੀਂ ਵਰਤਦੇ ਬਿਲਕੁਲ ਸਹੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਜਿਹਨੂੰ ਜਿਹੜਾ ਠੀਕ ਲੱਗਦਾ ਉਸ ਤਰ੍ਹਾਂ ਦੇ ਨਾਲ ਅੱਜ ਕੱਲ੍ਹ ਧਰਮ ਨੂੰ ਜਿਹੜਾ ਕਿ ਲੋਕ ਵਰਤ ਲਾਉਂਦੇ ਨੇ ਇਹ ਗੱਲ ਇਹਨੇ ਸਹੀ ਕਹੀ ਕਿਉਂਕਿ ਜਿੱਥੇ ਜਿਲ ਨੂੰ ਠੀਕ ਲੱਗਦਾ ਉਸ ਹਿਸਾਬ ਦੇ ਨਾਲ ਉਸ ਥਾਂ ਦਾ ਤਰਕ ਤਲਕ ਕੇ ਕੱਢ ਕੇ ਦਿਖਾ ਦਿੰਦਾ ਪਰ ਰਹੀ ਗੱਲ ਕਿ ਇੱਕ ਵਾਰੀ ਫੇਰ ਤੋਂ ਹੁਣ ਚਰਚਾ ਛੜੂਗੀ ਇਸ ਚੀਜ਼ ਨੂੰ ਲੈ ਕੇ ਕਿ ਆਖਰ ਦਰਬਾਰ ਸਾਹਿਬ ਵਿਖੇ ਮਹਿਲਾਵਾਂ ਨੂੰ ਹੱਕ ਕਿਉਂ ਨਹੀਂ ਕਿਉਂਕਿ ਇਹਦੇ ਉੱਤੇ ਬੜੇ ਲੰਬੇ ਦੌਰ ਤੋਂ ਖਰ ਚਰਚਾਵਾਂ ਵੀ ਚੱਲੀਆਂ ਨੇਗੀਆਂ ਕਈਆਂ ਨੇ ਕੋਸ਼ਿਸ਼ਾਂ ਵੀ ਕਰੀਆਂ ਖਰ ਕੋਸ਼ਿਸ਼ਾਂ ਉਹਨਾਂ ਦੀ ਉਸ ਜਿਆ ਸਟਰੋਂਗਰੀ ਤ ਪਰ ਰਹੀ ਗੱਲ ਹੁਣ ਹੈ ਕਿ ਇਸ ਦੁਆਰੇ ਜਦੋਂ ਇਹਨਾਂ ਦੇ ਹੁਣ ਗਾਣਾ ਤੋਂ ਬਾਅਦ ਜਾਂ ਕਿ ਇਹ ਕਿਸ ਗੱਲਬਾਤ ਤੋਂ ਬਾਅਦ ਕੋਈ ਜਵਾਬ ਜਿਹੜੀ ਇਹਨਾਂ ਨੇ ਚਿੱਠੀਆਂ ਲਿਖਿਆ ਨੇ ਉਹਦਾ ਹੁਣ ਆਊਗਾ ਸੀਨੀਅਰ ਵਿਜ਼ੂਅਲਿਸਟ ਮਨਤੇਜ ਦੇ ਨਾਲ ਸਮਿਤ ਸਿੰਘ ਰੋਜਾਨਾ ਸਪੋਰਟ ਟੀਵੀ ਚੰਡੀਗੜ੍ਹ